हालेलुया तो बहुत खुश होते हैं अपने पैरों से खड़े हो जाइए प्रभु के वचन के आदर के लिए और असं पढ़ांगे पहला सैमुएल उसका 18 अध्याय एक वचन तो लेके चार वचन तक पढ़ा ਅਜਿਹਾ ਹੋਇਆ ਜਾਂ ਉਹਨੇ ਸ਼ਾਉਲ ਨਾਲ ਗੱਲ ਕਰ ਲਈ ਤਾਂ ਜੋਨਾਥਾਨ ਦਾ ਜੀ ਦਾਊਦ ਦੇ ਜੀ ਨਾਲ ਰਲ ਗਿਆ ਅਤੇ ਜੋਨਾਥਾਨ ਨੇ ਉਹਨੂੰ ਆਪਣਾ ਜਾਨੀ ਮਿੱਤਰ ਬਣਾਇਆ ਸ਼ਾਉਲ ਨੇ ਉਸ ਦਿਨ ਤੋਂ ਉਹਨੂੰ ਆਪਣੇ ਕੋਲ ਰੱਖਿਆ ਅਤੇ ਫਿਰ ਉਹਨੂੰ ਉਹਦੇ ਪਿਓ ਦੇ ਘਰ ਨਾ ਮੁੜਨ ਦਿੱਤਾ ਅਤੇ ਜੋਨਾਥਾਨ ਔਰ ਦਾਊਦ ਨੇ ਆਪੋ ਵਿੱਚ ਨੇਮ ਕੀਤਾ ਕਿਉਂਕਿ ਉਹ ਉਸਨੂੰ ਆਪਣੇ ਪ੍ਰਾਣਾਂ ਦੇ ਸਮਾਨ ਪਿਆਰਾ ਜਾਣਦਾ ਸੀ ਤਦ ਜੋਨਾਥਾਨ ਨੇ ਆਪਣਾ ਚੋਗਾ ਲਾ ਕੇ ਆਪਣੀ ਤਲਵਾਰ ਤਲੋਕਾ ਤੇ ਪਟਕੇ ਦੀਕਰ ਆਪਣੇ ਕੱਪੜੇ ਵੀ ਦਾਊਦ ਨੂੰ ਦੇ ਦਿੱਤੇ ਆਮੇਨ ਆਮੇਨ ਆਓ ਅਸੀਂ ਆਪਣੇ ਅੱਖਾਂ ਨੂੰ ਬੰਦ ਕਰ ਲਈਏ ਸਿਰਾਂ ਨੂੰ ਝੁਕਾ ਲਈਏ ਸਵਰਗ ਦੇ ਖੁਦਾ ਜੀ ਪ੍ਰਭੂ ਪ੍ਰਭੂ ਯਿਸੂ ਮਸੀਹ ਯੈਸ ਲਾਰਡ ਤੇਰੇ ਕੀ ਬੇਨਤੀ ਕਰਦੇ ਆ ਆਮੇਨ ਅੱਜ ਦਾ ਵਚਨ ਖੁੱਲ ਚੁੱਕਿਆ ਹੈ ਆਮੇਨ ਤੇਰੇ ਖੁਦਾ ਤੂੰ ਸਵਰਗ ਤੋਂ ਮਸਾ ਕਰ ਦਿੱਤਾ ਔਰ ਤੂੰ ਆਖਿਆ ਤੂੰ ਜਾ ਮੂਸਾ ਬੋਲਣ ਵਾਲਾ ਤੂੰ ਨਹੀਂ ਬੋਲਣ ਵਾਲਾ ਮੈਂ ਤੇਰੀ ਬੇਨਤੀ ਹੈ ਮੇਰੇ ਖੁਦਾ ਅੱਜ ਇਹ ਜਗ੍ਹਾ ਤੇ ਤੂੰ ਆ ਚੁੱਕਿਆ ਵਾ ਔਰ ਤੂੰ ਗੱਲਬਾਤ ਇਹਨਾਂ ਨਾਲ ਕਰਨ ਵਾਸਤੇ ਤੂੰ ਇਸ ਜਗ੍ਹਾ ਤੇ ਪਹੁੰਚ ਚੁੱਕਿਆ ਵਾ ਕਿਉਂਕਿ ਇਹ ਵੀ ਤਿਆਰ ਨੇ ਅਸੀਂ ਇਸ ਰੋਟੀ ਨੂੰ ਖਾ ਸਕੀਏ ਆਮੇਨ ਪਰ ਪਿਆਰੇ ਖੁਦਾ ਇਹ ਵਚਨ ਜਦੋਂ ਬੋਲਿਆ ਜਾਵੇ ਤਾਂ ਹਜ਼ਾਰ ਗੁਣਾ ਪ੍ਰਤੀਫਲ ਤੇ ਪ੍ਰਭੂ ਯਿਸੂ ਮਸੀਹ ਬੇਨਤੀ ਆ ਕਿ ਇਹ ਵਚਨ ਸੁਣ ਕੇ ਕੱਢਣ ਵਾਲੇ ਨਹੀਂ ਬਲਕਿ ਇਹਦੇ ਮੁਤਾਬਿਕ ਆਪਣਾ ਜੀਵਨ ਬਤੀਤ ਕਰਨ ਵਾਲੇ ਬਣ ਜਾਈਏ ਇਹਨਾਂ ਭੈਣ ਭਾਈਆਂ ਦੇ ਦਿਲਾਂ ਉੱਤੇ ਦਿਮਾਗਾਂ ਉੱਤੇ ਤੇਰੇ ਪਵਿੱਤਰ ਆਤਮਾ ਦਾ ਕਬਜ਼ਾ ਹੋ ਜਾਏ ਮੇਰੀ ਪ੍ਰਾਰਥਨਾ ਨੂੰ ਸੁਣੋ ਕਬੂਲ ਕਰ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਲ ਆਮੇਨ ਸਭ ਬੈਠ ਜੀ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਤੁਸੀਂ ਪੜ੍ਹਿਆ ਹੈ ਕਿ ਜਿਹਾ ਹੋਇਆ ਜਾਂ ਉਹਨੇ ਸਾਊਲ ਨਾਲ ਗੱਲ ਕਰ ਲਈ ਜੋਨਾਥਨ ਦਾ ਜੀ ਦਾਊਦ ਦੇ ਜੀ ਨਾਲ ਰਲ ਗਿਆ ਹਾਲੇਲੂਯਾ ਕਿਹਦਾ ਜੀ ਕਿਹਦੇ ਨਾਲ ਰਲ ਗਿਆ ਸਾਊਲ ਦਾ ਜੋਨਾਥਨ ਦਾ ਤੇ ਦਾਊਦ ਦਾ ਜਿਹੜਾ ਦਿਲ ਸੀ ਰਲ ਗਿਆ ਉਹ ਰਲ ਗਿਆ ਪਰ ਉਹਨੂੰ ਆਪਣਾ ਜੋਨਾਥਨ ਨੇ ਉਹਨੂੰ ਆਪਣਾ ਜਾਨੀ ਮਿੱਤਰ ਬਣਾ ਲਿਆ ਹਾਲੇਲੂਯਾ ਤਾਂ ਲਿਖਿਆ ਸਾਊਲ ਨੇ ਉਸ ਦਿਨ ਤੋਂ ਉਹਨੂੰ ਆਪਣੇ ਕੋਲ ਰੱਖਿਆ ਅਤੇ ਫਿਰ ਉਹਨੂੰ ਉਹਦੇ ਪਿਓ ਦੇ ਘਰ ਨਾ ਮੁੜਨ ਦਿੱਤਾ ਕਿਉਂਕਿ ਜਿਹੜਾ ਜੋਨਾਥਨ ਸੀ ਉਹ ਦਾਊਦ ਨੂੰ ਇਸ ਤਰ੍ਹਾਂ ਪਿਆਰ ਕਰਦਾ ਸੀ ਕਿ ਜਿਸ ਤਰ੍ਹਾਂ ਉਹਦਾ ਸਰੀਰ ਆ ਹਾਲੇਲੂਯਾ ਜਦ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੈਂ ਵੀ ਸਿਲੋਨ ਪੈਂਟੀਕੋਸਟ ਚੋਂ ਬਾਹਰ ਆਇਆ ਹਾਂ ਔਰ ਖੁਦਾ ਜਿਹੜਾ ਸੀ ਉਹ ਜੋਨਾਥਨ ਸੀ ਹਾਲੇਲੂਯਾ ਜਿਹੜਾ ਦਾਊਦ ਸੀ ਉਹਦੀ ਲਾੜੀ ਸੀ ਕਿਹਦੀ ਜੋਨਾਥਨ ਦੀ ਹਾਲੇਲੂਯਾ ਕਿਉਂਕਿ ਮੈਂ ਮੋਹਰਾਂ ਦੀ ਕਿਤਾਬ ਦੇ ਅੰਦਰ ਪੜ੍ਹਿਆ ਹੈ ਪਹਿਲੀ ਮੋਹਰ ਦੇ ਅੰਦਰ ਜਿਹੜਾ ਜੋਨਾਥਨ ਸੀ ਉਹ
ਯਿਸੂ ਨੂੰ ਪ੍ਰਗਟ ਕਰਦਾ ਸੀ ਔਰ ਜਿਹੜਾ ਦਾਊਦ ਸੀ ਉਹ ਲਾੜੀ ਨੂੰ ਪ੍ਰਗਟ ਕਰਦਾ ਸੀ ਔਰ ਇਸ ਕਰਕੇ ਜੋਨਾਥਨ ਦਾਊਦ ਨੂੰ ਆਪਣੇ ਪ੍ਰਾਣ ਸਮਾਰੋਹ ਨੂੰ ਪਿਆਰ ਕਰਦਾ ਸੀ ਹਾਲੇਲੂਯਾ ਤੋਂ ਅੱਗੇ ਲਿਖਿਆ ਹੈ ਪੜ੍ਹੀ ਅਜਿਹਾ ਹੋਇਆ ਜਾਨੇ ਸ਼ੌਲ ਨਾਲ ਗੱਲ ਕਰ ਲਈ ਤਾਂ ਜੋਨਾਥਨ ਦਾ ਜੀ ਦਾਊਦ ਦੇ ਜੀ ਨਾਲ ਡਰ ਗਿਆ ਅਤੇ ਜੋਨਾਥਨ ਨੇ ਉਹਨੂੰ ਆਪਣਾ ਜਾਨੀ ਮਿੱਤਰ ਬਣਾਇਆ ਜੀ ਸ਼ੌਲ ਨੇ ਉਸ ਦਿਨ ਤੋਂ ਉਹਨੂੰ ਆਪਣੇ ਕੋਲ ਰੱਖਿਆ ਅਤੇ ਫਿਰ ਉਹਨੂੰ ਉਸਦੇ ਪਿਓ ਦੇ ਘਰ ਮੁੜ ਨਾ ਦਿੱਤਾ ਜੀ ਅਤੇ ਜੋਨਾਥਨ ਨਾਲ ਦਾਊਦ ਨੇ ਆਪੋ ਵਿੱਚ ਨੇਮ ਕੀਤਾ ਕਿਉਂ ਜੋ ਉਸ ਨੂੰ ਆਪਣੇ ਪ੍ਰਾਣਾਂ ਦੇ ਸਮਾਨ ਪਿਆਰਾ ਜਾਣਦਾ ਸੀ ਰੁਕੀ ਰੁਕੀ ਜੋਨਾਥਨ ਔਰ ਦਾਊਦ ਨੇ ਆਪੋ ਵਿੱਚ ਇੱਕ ਕੀ ਬਣ ਲਿਆ ਨੇਮ ਬਣ ਲਿਆ 1963 ਦੇ ਅੰਦਰ ਜਦ ਬ੍ਰਦਰ ਵਿਲੀਅਮ ਬੈਰੀ ਬ੍ਰੈਨਮ ਆਇਆ ਉਹ ਕੱਲਾ ਨਹੀਂ ਸੀ ਆਇਆ ਉਹਦੇ ਨਾਲ ਕੋਈ ਹੋਰ ਵੀ ਸੀ ਹਾਲੇਲੂਯਾ ਕਿਉਂਕਿ ਦੋਨਾਂ ਥਰ ਉੱਥੇ ਉਤਰਿਆ ਆਪਣੇ ਪ੍ਰਾਣ ਦੇ ਸਮਾਨ ਕੀ ਕਰਦਾ ਸੀ ਸੋਨਾ ਖਾਨ ਦਾ ਇਹ ਸਰੀਰ ਤੇ ਦਾਊਦ ਦਾ ਇਹ ਸਰੀਰ ਆ ਪਰ ਮਿਲ ਕੇ ਕੀ ਬਣ ਗਈ ਯਾਰ ਹਾਲੇਲੂਯਾ ਸਮਝ ਆ ਰਹੀ ਹੈ ਹਾਲੇਲੂਯਾ ਪਰ ਇੱਥੇ ਹੋਰ ਕੁਛ ਵੀ ਹੋ ਗਿਆ ਕਿ ਬੜੀ ਤਦ ਜੋਨਾਥਨ ਨੇ ਆਪਣਾ ਚੋਗਾ ਲਾ ਕੇ ਆਮੇਨ ਹੌਲੀ ਲਈ ਜੋਨਾਥਨ ਨੇ ਕੀ ਕੀਤਾ ਆਪਣਾ ਚੋਗਾ ਲਾ ਕੇ ਆਪਣੀ ਤਲਵਾਰ ਧਨੁੱਖ ਧਨੁੱਖ ਅਤੇ ਪਟਕੇ ਤੀਕਰ ਆਪਣੇ ਕੱਪੜੇ ਵੀ ਦਾਊਦ ਨੂੰ ਦੇ ਦਿੱਤੇ ਆਮੇਨ ਜਦ 1963 ਅੰਦਰ ਬ੍ਰਦਰ ਵਿਲੀਅਮ ਬੈਰੀ ਬ੍ਰੈਨਮ ਆਇਆ ਉਹਦੇ ਹੱਥ ਵਿੱਚ ਇੱਕ ਤਲਵਾਰ ਸੀ ਅੱਜ ਬਹੁਤ ਸਾਰੇ ਲੋਕ ਨੇ ਡਿਨੋਮੀਨੇਸ਼ਨ ਕਿ ਮੈਂ ਇੱਕ ਮਸ਼ੀਨਰੀ ਹਾਂ ਮੈਂ ਬਹੁਤ ਗਿਆਨ ਰੱਖਦਾ ਹਾਂ ਪਰ ਜਦ ਮੈਂ ਸੱਦਾ ਜੁਗਾਂ ਦੀ ਕਿਤਾਬ ਨੂੰ ਦੇਖਦਾ ਹਾਂ ਤਾਂ 325 ਈਸਵੀ ਦੇ ਅੰਦਰ ਇੱਕ ਕੌਂਸਲਿੰਗ ਹੋਈ ਸੀ ਇਹ ਤੋਂ ਪਹਿਲਾਂ ਇੱਕ ਹੀ ਸੱਚਾਈ ਚੱਲਦੀ ਆ ਰਹੀ ਹੈ ਉਹ ਹੈ ਪ੍ਰਭੂ ਯਿਸੂ ਕਿ ਦਾਊਦ ਜਿਹੜਾ ਸੀ ਜੋਨਾਥਨ ਜਿਹੜਾ ਸੀ ਇਹ ਇੱਕ ਸੀ ਹੁਣ ਕੀ ਹੋਇਆ 1963 ਦੇ ਅੰਦਰ ਲਾੜੀ ਨੇ ਆਪਣੇ ਲਾੜੇ ਨੂੰ ਪਛਾਣ ਲਿਆ ਔਰ ਉਹਨੂੰ ਆਪਣੇ ਤੇ ਗ੍ਰਹਿਣ ਕਰ ਲਿਆ ਪਰ ਅਜੇ ਵੀ ਡਿਨੋਮੀਨੇਸ਼ਨ ਲੋਕ ਸੰਸਥਾਗਤ ਮਸ਼ੀਨਰੀ ਲੋਕ ਅਜੇ ਵੀ ਆਪਣੇ ਲਾੜੇ ਦੀ ਉਡੀਕ ਵਿੱਚ ਨੇ ਜਾਣੀ ਕਿ ਲਾੜਾ ਦੁਲਹਨ ਤੇ ਗੋਰਾ ਚੁੱਕੇ ਹਾਲੇਲੂਯਾ ਇੱਥੇ ਨੇਮ ਬੰਨ ਲਿਆ ਹੈ ਪਰ ਉਹੀ ਨੇਮ ਮੈਂ ਤੁਹਾਨੂੰ ਦਿਖਾ ਦੇਵਾਂਗਾ ਪੜ੍ਹੀਏ ਸੋਰੀ ਰਸੂਲਾਂ ਦੀ ਕਿਤਾਬ ਦਾ ਪਹਿਲਾ ਅਧਿਆਇ ਉਹਦੀ 4 ਤੋਂ ਪੜ੍ਹੀ ਹਰ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸਨੇ ਉਹਨਾਂ ਨੂੰ ਹੁਕਮ ਦਿੱਤਾ ਭਾਈ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਬਾਰੇ ਨਹੀਂ ਪੜ੍ਹ ਰਹੇ ਕੀ ਇਹ ਬਾਈਬਲ ਹੋ ਕਹਿੰਦੇ ਆ ਕਿ ਮੈਂ 15 ਸਾਲ ਤੋਂ ਪੜ੍ਹਦਾ ਆ ਹਾਂ 35 ਸਾਲ ਤੋਂ ਪੜ੍ਹਦਾ ਆ ਪਰ ਜਿਹੜੀ ਲਾੜੀ ਹੈ ਉਹ ਲਾੜੇ ਨਾਲ ਮਿਲਾਪ ਕਰ ਚੁੱਕੀ ਹੈ ਜੇ ਉਹਦੇ ਕੋਲ ਪਵਿੱਤਰ ਆਤਮਾ ਹੋਵੇਗਾ ਜੇ ਚੁਣੀ ਹੋਵੇਗੀ ਪਰ ਬਾਈਬਲ ਚ ਵੀ ਲਿਖਿਆ ਹੈ ਸਵਰਗ ਵਿੱਚ ਥੋੜੇ ਜਾਣੇ ਆ ਜਿਨ੍ਹਾਂ ਦੇ ਨਾਮ ਵੇਲੇ ਦੇ ਜੀਵਨ ਦੀ ਪੁਸਤਕ ਦੇ ਅੰਦਰ ਲਿਖੇ ਹੋਏ ਨੇ ਹਾਲੇਲੂਯਾ
ਅਮੈਨ। ਜਦ ਇੱਕ ਕੁਆਰੀ ਭੈਣ ਇੱਕ ਕੁਆਰਾ ਭਾਈ ਹੁੰਦਾ ਤਾਂ ਉਹਨਾਂ ਦੀ ਕੀ ਹੁੰਦੀ ਆਪਸ ਵਿੱਚ ਵੇਖਾ ਵਿਖਾਈ ਹੁੰਦੀ। ਕਹਿੰਦੇ ਕਿੱਥੇ ਆ ਜਾਓ, ਅਲੀ ਵਾਲ ਆ ਜਾਓ, ਇੱਧਰ ਸੀ ਬਾਦਸ਼ਾਹ ਜੀ ਸਾਡੇ ਨਾਲ, ਉਧਰੋਂ ਕਹਿੰਦੇ ਸੀ ਆ ਭਾਈ ਨੂੰ ਲੈ ਆਵਾਂਗੇ, ਅਲੀ ਅਲੀ ਵੇਖਾ ਵਿਖਾਈ ਕਰ ਲਾਂਗੇ ਤੇ ਕੁਝ ਸਮੇਂ ਬਾਅਦ ਠਾਕਾ ਲਾ ਲਾਂਗੇ। ਹਾਲੇਲੂਯਾ। ਕਹਿੰਦੇ ਠੀਕ ਆ, ਅੱਜ ਡਿਨੋਮੀਨੇਸ਼ਨ ਵੀ ਕਰ ਰਹੇ ਆ, ਬਾਈਬਲ ਪੜ੍ਹਦੇ ਜਾ ਰਹੀ ਆ, ਦੂਸਰੇ ਦੇ ਅੰਦਰ ਲਿਖਿਆ ਪਵਿੱਤਰ ਆਤਮਾ ਉਤਰਿਆ, ਪਰ ਕੀ ਉਹ ਪਵਿੱਤਰ ਆਤਮਾ ਸਿਖਾ ਨਹੀਂ ਰਿਹਾ? ਕਿਉਂਕਿ ਜੇ ਉਹਦੀ ਲਾੜੀ ਹੁੰਦੀ ਤਾਂ ਆਲਰੇਡੀ ਆਪਣੀ ਲਾੜੀ ਨੂੰ ਤਲਵਾਰ ਦੇ ਦਿੱਤਾ, ਉਹਨੇ ਧਨੁੱਖ ਵੀ ਦੇ ਦਿੱਤਾ ਵਾ, ਉਹਨੇ ਸਾਰਾ ਕੁਛ ਆਪਣੀ ਲਾੜੀ ਨੂੰ ਦੇ ਦਿੱਤਾ, ਸਲੀਬ ਤੇ ਰਹਿ ਗਿਆ। ਕਹਿੰਦਾ ਹੁਣ ਮੈਂ ਤੈਨੂੰ ਆਜ਼ਾਦ ਕਰ ਦਿੱਤਾ ਵਾ। ਕਹਿੰਦਾ ਅਜੇ ਵੀ ਮੇਰੀ ਪ੍ਰਾਈਡ ਮੇਰੀ ਦੁਲਹਨ ਫਸੀ ਪਈ ਆ, ਪਰ ਹੁਣ ਮੈਂ ਕੀ ਕਰਾਂ, ਇੱਕ ਸਮਾਂ ਸੀ ਇੱਕੋ ਹੀ ਯੁੱਗ ਰਹਿ ਗਿਆ ਸੀ, ਉਹ ਸਾਡਾ ਯੁੱਗ ਰਹਿ ਗਿਆ ਸੀ, ਆਮੇਨ, ਇਹੀ ਯੁੱਗ ਰਹਿ ਗਿਆ। ਉਹ ਏਲੀਆ ਬ੍ਰਦਰ ਵਿਲੀਅਮ ਮੈਰੀਅਮ ਬ੍ਰਾਡਮ ਸੀ, ਉਹ ਸੀ ਲਾੜਾ ਆ ਕੇ ਕਿੰਨੇ ਜਣੇ ਨੂੰ ਪਤਾ ਕਿ ਬਦਲੀ ਸੀ ਉਸ ਸਮੇਂ, ਤੇ ਉਹ ਬਦਲੀ ਕਿੱਦਾਂ ਬਣੀ, ਦੂਤਾਂ ਦੇ ਖੰਭਾਂ ਦੇ ਬਣੀ ਸੀ। ਤੇ ਜੇਕਰ ਅਸੀਂ ਇਸੇ ਨਿਆਂ ਦੇ ਅੰਦਰ ਨੌਵੀਂ ਆਇਤ ਨੂੰ ਦੇਖੀਏ, ਪੜ੍ਹੀਏ ਅੱਠ ਤੋਂ ਪੜ੍ਹੀਏ, ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ, ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ, ਤਦ ਤੁਸੀਂ ਸਾਮਰਥ ਪਾਓਗੇ ਅਤੇ ਯਰੂਸ਼ਲਮ ਸਾਰੇ ਯਹੂਦੀਆਂ ਅਤੇ ਸਾਮਰੀਆਂ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ, ਤੁਸੀਂ ਮੇਰੇ ਗਵਾਹ ਹੋਵੋਗੇ। ਹਾਲੇਲੂਯਾ। ਅੱਗੇ ਔਰ ਜਾਓ ਇਹ ਗੱਲਾਂ ਕਹਿ ਹਟਿਆ, ਕੌਣ ਲਾਦਾ ਜਿਹੜਾ ਕਿ ਜੋੜੇ ਫਰਨ ਦੇ ਅੰਦਰ ਸੀ, ਆਮੇਨ, ਉਹ ਵੀ ਗੱਲ ਉੱਥੇ ਵੀ ਉਹ ਆਪਣੀ ਲਾੜੀ ਨੂੰ ਸਭ ਕੁਛ ਦੇ ਚੁੱਕਿਆ ਵਾ, ਇੱਥੇ ਵੀ ਕੀ ਕਹਿ ਰਿਹਾ ਵਾ, ਜਿੰਨੀ ਦੇਰ ਤੱਕ ਸਮਰਥ ਨਹੀਂ ਪਾ ਲੈਂਦੇ ਬਾਹਰ ਨਾ ਜਾਇਓ। ਤੇ ਸਮਰਥ ਕਿਹੜੀ ਹੈ, ਡੁਪਲੀਕੇਟ ਸਮਰਥ ਉੱਤਰ ਰਹੀ ਹੈ, ਕਿਹੜੀ ਸਮਰਥ ਉੱਤਰ ਰਹੀ ਹੈ, ਡੁਪਲੀਕੇਟ। ਅੱਗੇ ਤਾਂ ਉਹਨਾਂ ਦੇ ਵੇਖਦਿਆਂ ਵੇਖਦਿਆਂ ਉਹ ਤਾਂ ਉਠਾਇਆ ਗਿਆ, ਉਹਨਾਂ ਦੇ ਵੇਖਦਿਆਂ ਵੇਖਦਿਆਂ 1963 ਲਾੜੀ ਦੇ ਨਾਲ ਮੁਲਾਕਾਤ ਕਰ ਰਿਹਾ ਸੀ। ਹਾਲੇਲੂਯਾ। ਅੱਜ ਸਾਨੂੰ ਵੀ ਕਈ ਲੋਕ ਕਹਿੰਦੇ, ਤੁਹਾਨੂੰ ਵੀ ਕਹਿੰਦੇ ਹੋਣਗੇ, ਇਲਾ ਦੀਆਂ ਕਿਤਾਬਾਂ ਪੜ੍ਹਦੇ। ਹਾਲੇਲੂਯਾ। ਤੇ ਸਾਹਿਬ ਮੇਰੇ ਕੋਲ ਉੱਥੇ ਗਏ ਹੋ, ਲਾਗੇ ਹੀ ਇੱਕ ਚਰਚ ਹੈ ਆਂਡੇ, ਉਹ ਕਾਫੀ ਬੋਲਣ ਲੱਗਾ ਤਾਂ ਮੈਂ ਘੁੱਟਣੇ ਡੇਕ ਲਏ, ਮੈਂ ਕਿਹਾ ਪ੍ਰਭੂ ਮੇਰੀ ਬੇਨਤੀ ਆ, ਤੂੰ ਤੇ ਕਿਹਾ ਤਲਵਾਰ ਵੀ ਲਾੜੀ ਦੇ ਹੱਥ ਚ ਵਾ ਤੇ ਧਨੁੱਖ ਵੀ ਲਾੜੀ ਦੇ ਹੱਥ ਚ ਵਾ ਤੇ ਤੀਰ ਵੀ ਲਾੜੀ ਦੇ ਹੱਥ ਚ ਵਾ, ਹੁਣ ਫਿਰ ਪ੍ਰਭੂ ਇਹ ਤੇ ਛੱਡ ਦੇਣੀ ਆ, ਇਹ ਕੀ ਕਰਦੇ ਆ ਛੱਡ ਦੇਣੀ ਆ। ਤੇ ਖੁਦਾ ਨੇ ਉੱਥੇ ਐਸਾ ਕੰਮ ਕੀਤਾ, ਉਹਨਾਂ ਦੀ ਬਦਲੀ ਕਰਾ ਦਿੱਤੀ। ਹਾਲੇਲੂਯਾ। ਉੱਥੇ ਬੰਦਾ ਹੀ ਐਸਾ ਕਰ ਦਿੱਤਾ, ਉਹ ਕਹਿੰਦਾ ਨੋ 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 ਨੋ, ਹਮ ਨੀ ਕਿਸੇ ਕੋ ਕੁਛ ਬੋਲੇ, ਕਿਉਂਕਿ ਉਹ ਵੀ ਖੁਦਾ ਕਾ ਜਨ ਹੈ। ਹਾਲੇਲੂਯਾ। ਪਵਿੱਤਰ ਆਤਮਾ ਰੋਲਾ ਪਾਇਆ ਨੀ ਉਤਰਦਾ, ਉਹ ਉਤਰਦੀ ਹੈ। ਹਾਲੇਲੂਯਾ। ਤੇ ਜਿਹਦੇ ਕੋਲ ਲਾੜਾ ਵਾ, ਉਹ ਲਾੜਾ ਦੇ ਨਾਲ ਗੱਲ ਕਰਦਾ ਵਾ, ਤੇ ਉਹ ਸਿਰਫ ਬੋਲਦੇ ਹੀ ਆ, ਕਿਉਂਕਿ ਉਹਨਾਂ ਦੇ ਹੱਥ ਵਿੱਚ ਸਮੇਂ ਦੇ ਮੈਸੇਜ ਦੀ ਕੀ ਆ, ਤਲਵਾਰ ਵਾ। ਹਾਲੇਲੂਯਾ। ਜਿਹੜੇ ਚੁਣੇ ਨਹੀਂ ਹੁੰਦੇ
ਤੇ ਫਿਰ ਵੇਖਾ ਕਿ ਵਿਖਾਈ ਕਰਦੇ ਰਹਿੰਦੇ ਆ, ਵੇਖਦੇ ਰਹਿੰਦੇ ਆ ਲਿਖ ਦਿੰਦਾ ਆ ਗਲਤ ਆ ਲਿਖਤ ਗਲਤ ਆ ਲਿਖਤ ਗਲਤ ਆ। ਤੇ ਜਿਹੜੀ ਚੁਣੀ ਹੋਈ ਦੁਲਹਨ ਹੁੰਦੀ ਹੈ ਉਹ ਦੇਖਦੀ ਹੈ ਮੈਂ ਤਾਂ ਗਲਤ ਜਗ੍ਹਾ ਤੇ ਚੱਲ ਗਈ ਸੀ, ਇੱਥੇ ਤਲਵਾਰ ਮੇਰੀ ਇੱਥੇ ਪਈ ਆ, ਇੱਥੇ ਚੋਗਾ ਮੇਰਾ ਇੱਥੇ ਪਿਆ ਵਾ, ਇੱਥੇ ਮੇਰਾ ਪਟਕਾ ਪਿਆ ਏ, ਤੇ ਇੱਥੇ ਮੇਰਾ ਧਨੁੱਖ ਵੀ ਪਿਆ ਏ, ਤੇ ਤੀਰ ਮੇਰਾ ਕੀ ਪਿਆ ਪਹਿਲੀ ਮੋਰ ਦਿੰਦੇ ਨੇ ਛੇਤੀ ਕਰ ਦੇ ਠਾਕਾ ਲਾ ਦੇ। ਪਾਤਸ਼ਾਹ ਜੀ ਕਹਿੰਦੇ ਠਾਕਾ ਲੱਗ ਜਾਏਗਾ, ਹਾਲੇਲੂਇਆ ਹਾਲੇਲੂਇਆ, ਠਾਕਾ ਲੱਗ ਜਾਏਗਾ, ਆ ਜਾਓ ਐਤਵਾਰ ਬੰਦਗੀ ਤੋਂ ਬਾਅਦ ਤੁਹਾਨੂੰ ਠਾਕਾ ਲਾ ਦਿਆਂਗੇ, ਹਾਲੇਲੂਇਆ। ਹੁਣ ਠਾਕਾ ਕੀ ਹੈ? ਪਾਣੀ ਦਾ ਬਪਤਿਸਮਾ, ਆਮੇਨ ਆਮੇਨ, ਹਾਲੇਲੂਇਆ। ਜਦੋਂ ਠਾਕਾ ਲੱਗ ਜਾਂਦਾ ਹੈ ਪੰਜ ਕੱਪੜੇ ਜਿਹੜੇ ਆ ਉਹ ਯਿਸੂ ਮਸੀਹ ਨੂੰ ਪ੍ਰਗਟ ਕਰਨਾ। ਆਮੇਨ। ਤੇ ਪ੍ਰਕਾਸ਼ ਦੀ ਪੋਥੀ ਦੇ ਅੰਦਰ ਲਿਖਿਆ ਹੈ ਤੇ ਸੈਮੂਅਲ ਦੀ ਕਿਤਾਬ ਨੇ ਲਿਖਿਆ ਜੋਨਾਥਨ ਨੇ ਆਪਣਾ ਚੋਗਾ ਵੀ ਲੱਗ ਦੇ ਦਿੱਤਾ। ਆਮੇਨ। ਤੇ ਉਹ ਚੋਗਾ ਜਿਹੜਾ ਵਾ ਉਹ ਵੀ ਟੋਕਰੀ ਦੇ ਅੰਦਰ ਘਾਲਤਾ, ਜਾਨੀ ਕਿ ਕੱਪੜੇ। ਤੇ ਉਹ ਪ੍ਰਕਾਸ਼ ਦੀ ਪੋਥੀ ਦੇ ਅੰਦਰ ਲਿਖਿਆ ਕਿ ਪਵਿੱਤਰ ਵਸਤਰ ਲੈ ਆਪਣੇ ਉਦਾਲੇ ਪਾ ਲੈ ਤਾਂ ਜੋ ਤੇਰੀ ਲੱਜਾ ਪ੍ਰਗਟ ਨਾ ਹੋਵੇ। ਆਮੇਨ। ਦੂਸਰੇ ਨੰਬਰ ਤੇ ਫਿਰ ਉਹਦੇ ਵਿੱਚ ਜੁੱਤੀ ਘੱਲੀ ਜਾਂਦੀ ਹੈ। ਹਾਲੇਲੂਇਆ। ਦੱਸ ਰਿਹਾ ਮੈਂ, ਸਮਝ ਆ ਰਹੀ ਮੇਰੀ? ਸ਼ਾਇਦ ਹੱਸਿਓ ਨਾ ਕਿ ਭਾਈ ਹਾਲੇਲੂਇਆ ਬੋਲਦਾ ਤੇ ਸ਼ਾਇਦ ਇਸੇ ਤਰੀਕੇ ਨਾਲ ਹੀ ਆ। ਹਾਲੇਲੂਇਆ। ਕਿਉਂਕਿ ਜਦੋਂ ਵਚਨ ਹੈ ਤਾਂ ਵਚਨ ਜਿਹੜਾ ਹੈ ਜਦੋਂ ਖੁਦਾ ਦਿੰਦਾ ਹੈ, ਖੁਦਾ ਬੋਲਦਾ ਹੈ, ਉਹ ਆਪ ਹੀ ਬੋਲਦਾ ਹੈ, ਕੋਈ ਇਨਸਾਨ ਗੱਲਾਂ ਨਹੀਂ ਕਰਦਾ। ਕਿਉਂਕਿ ਇਹ ਲਿਖਤਾ ਸੱਚ ਨੇ ਔਰ ਇਹ ਸਾਡੀ ਤਿਆਰੀ ਦੇ ਲਈ ਨੇ। ਹਾਲੇਲੂਇਆ। ਤੇ ਜੁੱਤੀ ਘੱਲੀ ਗਈ ਹੈ ਤੇ ਜੁੱਤੀ ਕੀ ਹੈ? ਕਹਿੰਦਾ ਮੇਰਾ ਵਚਨ ਤੇਰੇ ਪੈਰਾਂ ਦੇ ਲਈ ਦਿੱਤੀ। ਹਾਲੇਲੂਇਆ। ਕਹਿੰਦਾ ਆਪਣੀ ਜੁੱਤੀ ਨੂੰ ਪਾ ਲੈ ਤੇ ਆਪਣੀ ਕਮਰ ਕੱਸ ਲੈ। ਅੱਜ ਮੈਂ ਦੇਖਦਾ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਮਰ ਨਹੀਂ ਕੱਸਦੇ, ਸੰਦੇਸ਼ ਰੱਖੇ ਹੁੰਦੇ ਆ, ਪੜ੍ਹਦੇ ਨਹੀਂ ਆ ਤਾਂ ਤਿਆਰੀ ਨਹੀਂ ਕਰਦੇ ਹੁੰਦੇ। ਇੱਕ ਦਿਨ ਮੈਂ ਇੱਕ ਬਲੀਵਰ ਦੇ ਘਰ ਗਿਆ ਤਾਂ ਪ੍ਰਾਰਥਨਾ ਕਰਨ ਲੱਗਾ। ਕਹਿੰਦੀ ਸਾਡਾ ਭਾਈ ਸਾਡਾ ਪਾਸਟਰ ਸਾਨੂੰ ਸਾਡੇ ਕੋਲ ਚਲਾ ਗਿਆ ਹੈ ਤੇ ਅਸੀਂ ਹੁਣ ਕਿੱਧਰ ਨੂੰ ਜਾਈਏ? ਮੈਂ ਕਿਹਾ ਤੁਸੀਂ ਆਪਣੀ ਸਲੀਪ ਚੁੱਕੋ ਤੇ ਯਹੋਵਾ ਖੁਦਾ ਦੇ ਮਗਰ। ਹਾਲੇਲੂਇਆ। ਪਰ ਉੱਥੇ ਕੁਛ ਮੈਂ ਦੇਖਿਆ, ਟੋਲੇ ਨਾਲ ਬੰਦਾ ਸੀ। ਮੈਂ ਕਿਹਾ ਭੈਣ ਜੀ ਤੁਸੀਂ ਤਾਂ ਮੈਸੇਜ ਦੇ ਬੰਦੇ ਤੇ ਜਿਹੜੀ ਦੁਲਹਨ ਹੈ ਦੁੱਲੇ ਦੇ ਨਾਲ ਪਿਆਰ ਕਰਦੀ ਆ ਉਹ ਕਦੀ ਵੀ ਇੱਧਰ ਉੱਧਰ ਭੜਕਦੀ ਨਹੀਂ ਹੈ, ਕਿਉਂਕਿ ਉਹਨੂੰ ਉਹ ਕੱਪੜੇ ਪਵਾ ਦਿੱਤੇ ਗਏ ਆ ਤੇ ਉਹ ਕਦੀ ਵੀ ਆਪਣੀ ਲੱਜ਼ਾ ਪ੍ਰਗਟ ਨਹੀਂ ਹੋ ਦਿੰਦੀ। ਹਾਲੇਲੂਇਆ। ਇਸੇ ਤਰੀਕੇ ਨਾਲ ਖੁਦਾ ਨੇ ਇੱਥੇ ਨੇਮ ਬੰਦਾ ਸੀ, ਜਿੰਨੀ ਦੇਰ ਤੱਕ ਤੁਸੀਂ ਸਮਰਥ ਨਹੀਂ ਪਾ ਲੈਂਦੇ ਓਨੀ ਦੇਰ ਤੱਕ ਤੁਸੀਂ ਗਵਾਹੀ ਦੇ ਨਾ ਜਾਇਓ। ਜਦੋਂ ਦਾ ਸਮਰਥ ਪਾ ਲਈ ਆਪਣੇ ਉਦਾਲੇ ਚਿੱਟੇ ਵਸਤਰ ਪਹਿਲੇ ਪਵਿੱਤਰ ਆਤਮਾ ਨੂੰ ਪਾ ਲਿਆ ਤਾਂ ਕੀ ਹੋਇਆ? ਬਦਲੀ ਵਿੱਚੋਂ ਉਠਾ ਲਿਆ ਗਿਆ। ਹਾਲੇਲੂਇਆ।
ਲੋਕਾਂ ਦੇ ਨਜ਼ਰਾਂ ਤੇ ਓਲੇ ਹੋ ਗਿਆ ਪਰ ਲਾੜੀ ਦੇ ਸਾਹਮਣੇ ਉਹ 24 ਘੰਟੇ ਰਹਿੰਦਾ ਹੈ ਹਾਲੇਲੂਇਆ ਲੋਕ ਇੱਕ ਦੇ ਆ ਇਹ ਕਿੱਦਾਂ ਹੈ ਇਹ ਨਹੀਂ ਹੋ ਸਕਦਾ ਯਿਸੂ ਨਰੇ ਗੱਲਾਂ ਕਰਦਾ ਵਾ ਹਾਂ ਕਿਉਂਕਿ ਮੇਰਾ ਲਾੜਾ ਹੈ ਹਾਲੇਲੂਇਆ ਕਿਉਂਕਿ ਮੇਰਾ ਲਾੜਾ ਵਾ ਤੇ ਤੁਹਾਨੂੰ ਨਜ਼ਰ ਨਹੀਂ ਆਉਣਾ ਉਹ ਕੇਵਲ ਮੈਨੂੰ ਹੀ ਨਜ਼ਰ ਆਉਣਾ ਹੈ ਹਾਲੇਲੂਇਆ ਅੱਗੇ ਬੜੀ ਔਰ ਉਸਦੇ ਜਾਂਦਿਆਂ ਹੋਇਆਂ ਜਦੋਂ ਆਕਾਸ਼ ਦੀ ਵੱਲ ਤੱਕ ਰਹੇ ਸਨ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੇ ਉਹਨਾਂ ਦੇ ਕੋਲ ਖਲੋਤੇ ਸਨ ਅਤੇ ਉਹ ਆਖਣ ਲੱਗੇ ਹੇ ਗਲੀਲੀ ਪੁਰਖੋ ਤੁਸੀਂ ਕਿਉਂ ਖੜੇ ਆਕਾਸ਼ ਦੀ ਵੱਲ ਵੇਖਦੇ ਹੋ ਇਹ ਯੇਸ਼ੂ ਜਿਹੜਾ ਤੁਹਾਡੇ ਕੋਲ ਆਕਾਸ਼ ਉੱਪਰ ਉਠਾ ਲਿਆ ਗਿਆ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਤੁਸੀਂ ਉਸਨੂੰ ਆਕਾਸ਼ ਉੱਤੇ ਜਾਂਦਿਆਂ ਵੇਖਿਆ ਉਸੇ ਤਰ੍ਹਾਂ ਆਵੇਗਾ ਜਿੱਦਾਂ ਤੁਸੀਂ ਉਹਨੂੰ ਜਾਂਦਿਆਂ ਦੇਖਿਆ ਪਰ ਅੱਜ ਡਿਨੋਮੀਨੇਸ਼ਨ ਇਹ ਆਖਦੇ ਨੇ ਉਹਨੇ ਅਜੇ ਆਉਣਾ ਵਾ ਬਸ ਜੀ ਦੱਸ ਰਹੇ ਸੀ ਏਲੀਆ ਤਾਂ ਆ ਚੁੱਕਿਆ ਹਾਲੇਲੂਇਆ ਉਹ ਕਹਿੰਦੇ ਆਉਣਾ ਵਾ ਪਰ ਅਸੀਂ ਵਿਸ਼ਵਾਸ ਕਰ ਲਿਆ ਕਿ ਏਲੀਆ ਆ ਚੁੱਕਿਆ ਵਾ ਔਰ ਉਹਨੇ ਸਾਨੂੰ ਇਹ ਸੱਚਾਈ ਪ੍ਰਗਟ ਕਰਤੀ ਆ ਕਹਿੰਦਾ ਇਹ ਗੱਲਾਂ ਗਿਆਨੀਆਂ ਤੋਂ ਲੁਕਾ ਕੇ ਰੱਖੀਆਂ ਹੋਈਆਂ ਸੀ ਇਹ ਵੱਡੇ ਵੱਡੇ ਅਫਸਰਾਂ ਤੋਂ ਲੁਕਾ ਕੇ ਰੱਖੀਆਂ ਹੋਈਆਂ ਸੀ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਸੀ ਸਿਰਫ ਉਹਦੀ ਦੁਲਹਨ ਦੇ ਲਈ ਸੀ ਸਿਰਫ ਉਹਦੀ ਬ੍ਰਾਈਡ ਦੇ ਲਈ ਸੀ ਚਾਹੇ ਉਹ ਅਨਪੜ੍ਹ ਆ ਚਾਹੇ ਉਹ ਪੜ੍ਹੀ ਲਿਖੀ ਆ ਚਾਹੇ ਉਹ ਡਿਗਰੀ ਵਾਲੀ ਆ ਪਰ ਉਹ ਡਿਨੋਮੀਨੇਸ਼ਨ ਨਹੀਂ ਆ ਅਮੈਨ ਕਿਉਂਕਿ ਉਹਨੂੰ ਤਲਵਾਰ ਦੇਤੀ ਆ ਕਿ ਸਾਰਿਆਂ ਨੂੰ ਲਾ ਦੇ ਹਾਲੇਲੂਇਆ ਸਾਰਿਆਂ ਨੂੰ ਕੀ ਕਰ ਝਾੜਦੇ ਇੱਧਰ ਨੂੰ ਵਿਚਾਰਦੇ ਤੇ ਇੱਧਰ ਨੂੰ ਵਿਚਾਰਦੇ ਮੇਰੇ ਪਿੱਛੇ ਤੂੰ ਮੇਰੀ ਆ ਤੇ ਮੈਂ ਤੇਰਾ ਵਾ ਇਹ ਕੱਪੜੇ ਤੇਰੇ ਆ ਹਾਲੇਲੂਇਆ ਹੋਰ ਕੋਈ ਨਹੀਂ ਪਾ ਸਕਦਾ ਕਿਉਂਕਿ ਇਹ ਤੇਰੇ ਵਾਸਤੇ ਆ ਤੂੰ ਮੇਰੀ ਬ੍ਰਾਈਡ ਆ ਹਾਲੇਲੂਇਆ ਇਹ ਸੰਦੇਸ਼ਾਂ ਨੂੰ ਉਹੀ ਕਬੂਲ ਕਰ ਸਕਦੀ ਜਿਹੜੀ ਦੀ ਭੁੱਲ ਹੈ ਦੂਸਰਾ ਕਬੂਲ ਨਹੀਂ ਕਰ ਸਕਦਾ ਇਹੀ ਨੇਮ ਖੁਦਾ ਨੇ ਨੂਹ ਨਬੀ ਦੇ ਨਾਲ ਬੰਨਿਆ ਸੀ ਕਹਿੰਦਾ ਕਿ ਹੁਣ ਮੈਂ ਧਰਤੀ ਪਾਣੀ ਨਾਲ ਨਾਸ਼ ਨਹੀਂ ਕਰਾਂਗਾ ਕਿਉਂਕਿ ਪਾਣੀ ਨਾਲ ਬਪਤਿਸਮਾ ਹੋ ਚੁੱਕਿਆ ਹੁਣ ਇਹਦਾ ਬਪਤਿਸਮਾ ਆਗ ਨਾਲ ਹੋਵੇਗਾ ਹਾਲੇਲੂਇਆ ਔਰ ਦੁਲਹਨ ਆਣ ਕੇ ਨਾਸ਼ ਕਰੇਗੀ ਹਾਲੇਲੂਇਆ ਇਹੀ ਨੇਮ ਖੁਦਾ ਨੇ ਅਬਰਹਾਮ ਦੇ ਨਾਲ ਬੰਨਿਆ ਹਾਲੇਲੂਇਆ ਇਹੀ ਨੇਮ ਅੱਜ ਉਹਨੇ ਆਪਣੀ ਦੁਲਹਨ ਦੇ ਨਾਲ ਬੰਨਿਆ ਹੈ ਮੈਂ ਆਵਾਂਗਾ ਔਰ ਤੁਹਾਨੂੰ ਲੈ ਜਾਵਾਂਗਾ ਹਾਲੇਲੂਇਆ ਔਰ ਪੜ੍ਹੀਏ ਦੂਸਰਾ ਅਧਿਆਇ ਪਤਰਸ ਰਸੂਲਾਂ ਦੀ ਕਰਤੱਬ ਦੂਸਰਾ ਅਧਿਆਇ ਉਹਦੀ 37 ਵਚਨ ਤੋਂ ਪੜ੍ਹੀਏ ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿੱਦ ਗਏ ਇਹ ਦਿਲ ਕਿਵੇਂ ਛਿੱਦ ਸਕਦੇ ਆ ਜਦੋਂ ਲਿਖਤ ਨੂੰ ਵੇਖਦੀ ਆ ਬ੍ਰਾਈਡ ਲਿਖਤ ਨੂੰ ਵੇਖਦੀ ਆ ਤੇ ਕਿਹਦੇ ਦਿਲ ਛਿੱਦ ਸਕਦੇ ਆ ਕੇਵਲ ਲਾੜੀ ਦੇ ਹੀ ਦਿਲ ਛਿੱਦ ਸਕਦੇ ਆ ਦੂਜੇ ਬੰਦੇ ਦੇ ਦਿਲ ਛਿੱਦ ਨਹੀਂ ਸਕਦੇ ਚਾਹੇ ਉਹ ਕਿੰਨਾ ਵੀ ਪਾਸਟਰ ਕਿਉਂ ਨਾ ਹੋਵੇ ਚਾਹੇ ਉਹਨੇ ਕਿੰਨੀ ਵਾਰੀ ਵੀ ਬਾਈਬਲ ਪੜ੍ਹੀ ਕਿਉਂ ਨਾ ਹੋਵੇ ਖੁਦਾ ਉਹਦੀ ਅੱਖਾਂ ਬੰਦ ਕਰ ਦਿੰਦਾ ਹੈ ਖੁਦਾ ਉਹਦੇ ਕਦਰ ਨੂੰ ਬੰਦ ਕਰ ਦਿੰਦਾ ਹੈ ਖੁਦਾ ਉਹਦੇ ਦਿਲ ਨੂੰ ਫਿਕਰ ਨਹੀਂ ਦਿੰਦਾ ਕਿਉਂਕਿ ਇਹ ਲਾੜੀ ਵਾਸਤੇ ਹੀ ਹੈ ਹਾਲੇਲੂਇਆ ਅੱਗੇ ਬੜੀਏ ਅਤੇ ਪਤਰਸ ਔਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ ਅਸੀਂ ਕੀ ਕਰੀਏ ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੋਬਾ ਕਰੋ
ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯੇਸ਼ੂ ਮਸੀਹ ਦੇ ਨਾਂ ਵਿੱਚ ਬਪਤਿਸਮਾ ਲਵੇ। ਪਾਪਾਂ ਦੀ ਮਾਫੀ ਦੇ ਲਈ ਯੇਸ਼ੂ ਮਸੀਹ ਦੇ ਨਾਂ ਉੱਤੇ ਪਾਣੀ ਦਾ ਬਪਤਿਸਮਾ ਲਵੇ। ਪਰ ਲਾੜੀ ਹੀ ਇਹ ਕੰਮ ਪਛਾਣ ਸਕਦੀ ਹੈ, ਕਿਉਂ? ਕਿਉਂਕਿ ਕੁਛ ਲੋਕ ਕਹਿੰਦੇ ਪਿਤਾ ਵੱਖਰਾ ਵਾ ਤੇ ਪੁੱਤਰ ਵੱਖਰਾ ਵਾ ਤੇ ਪਵਿੱਤਰ ਆਤਮਾ ਵੱਖਰਾ ਵਾ, ਪਰ ਲਾੜੀ ਨੂੰ ਪਤਾ ਕਿ ਇਹੋ ਪਵਿੱਤਰ ਆਤਮਾ ਨੂੰ ਨਬੀ ਦੇ ਨਾਲ ਗੱਲ ਕਰ ਰਿਹਾ ਸੀ। ਇਹੀ ਪਵਿੱਤਰ ਆਤਮਾ ਸਤਰਕ ਮੇਸ਼ ਗਬਦਨ ਬੋਲ ਖੋਲ ਰਿਹਾ ਸੀ। ਇਹੀ ਪਵਿੱਤਰ ਆਤਮਾ ਅਬਰਹਾਮ ਦੇ ਨਾਲ ਗੱਲ ਕਰ ਰਿਹਾ ਸੀ। ਇਹੀ ਪਵਿੱਤਰ ਆਤਮਾ ਮੂਸਾ ਦੇ ਨਾਲ ਸੀ, ਔਰ ਇਹੀ ਪਵਿੱਤਰ ਆਤਮਾ ਮਰੀਮ ਦੇ ਪੇੜ ਅੰਦਰ ਆਇਆ। ਹਾਲੇਲੂਯਾ। ਇਹੀ ਪਵਿੱਤਰ ਆਤਮਾ ਜਦੋਂ ਧਰਤੀ ਤੋਂ ਉਠਾ ਲਿਆ ਗਿਆ ਫਿਰ ਉਤਰਿਆ, ਔਰ ਆਪਣੀ ਦੁਲਹਨ ਨੂੰ ਸਜਾਖਿਆ ਕਰ ਦਿੱਤਾ। ਹਾਲੇਲੂਯਾ। ਕੀ ਉਹ ਲੋਕ ਜਿਹੜੇ ਇੰਨੇ ਚਿਰ ਤੋਂ ਪੜ੍ਹ ਰਹੇ ਉਹਨਾਂ ਨੂੰ ਸਮਝ ਨਹੀਂ ਹੈ? ਆਪਣੇ ਆਪਣੇ ਆਪ ਵਿੱਚ ਸਮਝ ਰੱਖਦੇ ਆ। ਹਾਲੇਲੂਯਾ। ਕੇਵਲ ਲਾੜੀ ਹੀ ਪਛਾਣ ਸਕਦੀ ਹੈ। ਔਰ ਲਿਖਿਆ ਹੈ ਕਿ ਪਵਿੱਤਰ ਆਤਮਾ ਦਾ ਦਾਨ ਪਾਓਗੇ, ਤੇ ਪਵਿੱਤਰ ਆਤਮਾ ਹੈ ਹੀ ਵਚਨ। ਤੇ ਵਚਨ ਯਸੂ ਆ, ਤੇ ਯਸੂ ਜਿਹੜਾ ਵਾ ਉਹ ਸਾਡੇ ਵਿੱਚ ਵਾ, ਕਿਉਂਕਿ ਮੈਂ ਤੇ ਯਸੂ ਇੱਕ ਵਾ। ਹਾਲੇਲੂਯਾ, ਹਾਲੇਲੂਯਾ। ਅੱਗੇ ਬੜੀ, ਕਿਉਂਕਿ ਇਹ ਕਰਾਰ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਖੁਦਾ ਆਪਣੇ ਕੋਲ ਬੁਲਾਵੇ, ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਭਾਈ ਆਪਣੇ ਆਪ ਨੂੰ ਇਸ ਕੱਬੀ ਪੀੜ੍ਹੀ ਕੋਲੋਂ ਬਚਾਓ। ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ, ਅਤੇ ਉਸੇ ਦਿਨ 3,000 ਜਣੇ ਉਹਨਾਂ ਵਿੱਚ ਰਲ ਗਏ ਅਤੇ ਉਹ ਲਗਾਤਾਰ ਸੂਰਾਂ ਦੀ ਸਿੱਖਿਆ। ਇੱਕ ਮਿੰਟ, ਲਗਾਤਾਰ ਸੂਰਾਂ ਦੀ ਸਿੱਖਿਆ, ਉਹ ਕਿਹੜੇ ਨੇ ਸੂਰਾਂ? ਵੱਡਾ ਨਬੀ ਬ੍ਰਦਰ ਬ੍ਰਹਮ ਵਾ ਤੇ ਛੋਟਾ ਨਬੀ ਪਾਸਟਰ ਤਰਸੇਮ ਆ। ਹਾਲੇਲੂਯਾ। ਇਹ ਕਰਸੂਲਾਂ ਦੀ ਸਿੱਖਿਆ ਵਾ। ਅੱਗੇ, ਅਤੇ ਸੰਗਤ ਵਿੱਚ, ਅਤੇ ਸੰਗਤ ਵਿੱਚ ਰੋਟੀ ਤੋੜਨ, ਰੋਟੀ ਤੋੜਨ ਅਤੇ ਪ੍ਰਾਰਥਨਾ ਵਿੱਚ ਲੱਗੇ ਰਹੇ, ਪ੍ਰਾਰਥਨਾ ਵਿੱਚ ਲੱਗੇ ਰਹੇ। ਡਿਨੋਮੀਨੇਸ਼ਨ ਸਾਰਾ ਚੈਪਟਰ ਪੜ੍ਹ ਲੈਂਦੇ ਆ, ਸਿਰਫ ਜਦੋਂ 37, 38, 39 ਤੇ 41 ਐਤ ਆਉਂਦੀ ਆ ਇਹਨੂੰ ਸਟਾਪ ਕਰ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਸਾਡਾ ਲਾੜੇ ਨਾਲ ਕੋਈ ਕਨੈਕਸ਼ਨ ਨਹੀਂ ਆ, ਸਾਡਾ ਲਾੜੇ ਨਾਲ ਕੋਈ ਕਨੈਕਸ਼ਨ ਨਹੀਂ ਆ। ਉਹ ਆਪਣੇ ਆਪ ਨੂੰ ਰਸੂਲ ਸਮਝਦੇ ਆ, ਪ੍ਰਭੂ ਉਸ ਸਮੇਂ ਉਹ ਆਖਦੇ ਸੀ ਲਗਾਤਾਰ ਰਸੂਲਾਂ ਦੀ ਸਿੱਖਿਆ। ਕੱਪੜੇ ਪਹਿਨਣ ਦੇ ਨਾਲ ਰਸੂਲ ਨਹੀਂ ਬਣ ਸਕਦੇ ਜੀ, ਸੰਗਤ ਨਹੀਂ ਬਣ ਕਰ ਸਕਦੇ, ਰੋਟੀ ਤੋੜ ਨਹੀਂ ਸਕਦੇ, ਕਿਉਂਕਿ ਜਿਹੜੀ ਲਾੜੀ ਆ ਉਹ ਆਪਣੇ ਲਾੜੇ ਨਾਲ ਉਦੋਂ ਹੀ ਕੰਮ ਕਰੇਗੀ ਜਦੋਂ ਉਹ ਲਾੜਾ ਕਹਿੰਦਾ ਏ। ਉਹ ਲਾੜਾ ਕਹਿੰਦਾ ਏ ਰਾਤ ਨੂੰ ਭੋਜ ਕਰਨਾ ਤੇ ਰੋਟੀ ਨੂੰ ਭੋਜਨਾ। ਹਾਲੇਲੂਯਾ। ਉਹਦੀ ਲਾੜੀ ਜਿਹੜੀ ਉਹੀ ਕੰਮ ਕਰੇਗੀ, ਉਹਦੀ ਆਗਿਆਕਾਰੀ ਕਰੇਗੀ, ਤੇ ਜਿਹੜੀ ਉਹਦੀ ਡੁਪਲੀਕੇਟ ਲਾੜੀ ਆ ਉਹ ਕੀ ਕਰੇਗੀ? ਦੁਪਹਿਰ ਨੂੰ ਕਰੇਗੀ ਜੀ। ਹਾਲੇਲੂਯਾ। ਤੇ ਕਹਿਣਗੇ ਅਸੀਂ ਕੀ ਦਿੰਦੇ ਆ? ਸਿੱਖਿਆ ਦਿੰਦੇ ਆ। ਪਰ ਫਿਰ ਇੱਕ ਦਿਨ ਯਸੂ ਕਹੇਗਾ, ਹੇ ਬਰਿਆ ਜੀ ਮੇਰੇ ਕੋਲੋਂ ਚਲੇ ਚਲੇ ਜਾਓ, ਮੈਂ ਨਹੀਂ ਜਾਣਦਾ ਤੁਸੀਂ ਕਿਹਦੀ ਲਾੜੀ ਹੋ। ਯੈਸ,
ਤੁਸੀਂ ਮੇਰੀ ਲਾੜੀ ਨਹੀਂ ਹੋ, ਤੁਸੀਂ ਭੂਤ ਵੀ ਬੜੇ ਗੱਡੇ ਆ, ਮੈਂ ਵੀ ਕੱਢਦਾ ਹੁੰਦਾ ਸੀ ਹਾਲੇਲੂਯਾ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਚੁਣੀ ਹੋਈ ਆ ਤਾਂ ਫਿਰ ਮੈਂ ਛਾਲ ਮਾਰੀ ਤਾਂ ਬਾਹਰ ਹਾਲੇਲੂਯਾ। ਮੈਨੂੰ ਪਤਾ ਲੱਗਾ ਕਿ 1963 ਅੰਦਰ ਇੱਕ ਇਨਸਾਨ ਆਇਆ ਵਾ, ਉਹਨੇ ਸਾਡੀ ਮੁਲਾਕਾਤ ਕਰਾ ਦਿੱਤੀ ਆ, ਕਹਿੰਦਾ ਆਲੋ ਹੁਣ ਤੇ ਵਿਚੋਲਾ ਹੋ ਗਿਆ ਸਾਈਡ ਤੇ ਦੁਲਹਨ ਕਹਿੰਦਾ ਹੁਣ ਤੁਸੀਂ ਆਪ ਗੱਲਬਾਤ ਮੁਲਾਕਾਤ ਚੋਣਾ ਠੰਡੀ ਕੌਣ ਦੀ ਕਰਾਉਣ ਵਾਲਾ ਕੌਣ ਸੀ? ਸਾਊਲ ਸੀ। ਉਹ ਵੀ ਜੇ ਸਾਊਲ ਤੇ ਦੁਸ਼ਟ ਆਤਮਾ ਨਾ ਆਉਂਦਾ ਤੇ ਚੋਣਾ ਠੰਡਾ ਉਹਨੂੰ ਨਾ ਬੋਲਦਾ। ਹਾਲੇਲੂਯਾ। ਇੱਕ ਜਰੀਆ ਸੀ। ਜੇ ਜੋਨਾਥਨ ਦਾ ਪਿਓ ਦੇ ਉੱਤੇ ਉਹ ਆਨਾ ਕੇ ਕਰੀ ਨਾ ਕਰਦਾ, ਉਹ ਤਖਤ ਤੋਂ ਨਾ ਉਤਰਦਾ, ਉੱਥੇ ਦੁਸ਼ਟ ਆਤਮਾ ਖੁਦਾ ਵੱਲੋਂ ਨਾ ਫੜਦਾ, ਤਾਂ ਉੱਥੇ ਸਾਊਲ ਦਾ ਜੋਨਾਥਨ ਨਾਲ ਕੋਈ ਰਿਸ਼ਤਾ ਨਾ ਹੁੰਦਾ। ਉਹਦਾ ਰਿਸ਼ਤਾ ਤਾਂ ਹੋਇਆ ਤੇ ਕਿ ਵਿਚੋਲਾ ਸੀ, ਉਹ ਵਿਚੋਲਾ ਸਾਊਲ ਸੀ। ਹਾਲੇਲੂਯਾ। ਇਸ ਕਰਕੇ ਸਾਡੇ ਅੰਦਰ ਇੱਕ ਵਿਚੋਲਾ ਹੈ। ਮੈਂ ਬਹੁਤ ਖੁਸ਼ ਹਾਂ, ਮੈਂ ਉਦੋਂ ਦਾ ਖੁਸ਼ ਹਾਂ ਜਦੋਂ ਦਾ ਮੈਂ ਯਿਸੂ ਨੂੰ ਕਬੂਲ ਕਰ ਲਿਆ। ਹਾਲੇਲੂਯਾ। ਤੇ ਯਿਸੂ ਨੇ ਮੈਨੂੰ ਟੋਕਰੀ ਕਰ ਲਈ ਤਾਂ ਮੈਂ ਕੀ ਕਰਨਾ ਸ਼ੁਰੂ ਕਰ ਦਿੱਤਾ? ਸ਼ਿੰਗਾਰ ਕਰਨਾ ਸ਼ੁਰੂ ਕਰ ਦਿੱਤਾ। ਲਿਖਿਆ ਹੈ ਲਾੜੀ ਆਪਣੇ ਆਪ ਨੂੰ ਸ਼ਿੰਗਾਰਦੀ। ਹਾਲੇਲੂਯਾ। ਸੁਲੇਮਾਨ ਕਹਿੰਦਾ ਤੇਰਾ ਵਚਨ ਮੇਰੇ ਗੱਲ ਦੇ ਲਈ ਕੈਂਠਾ ਵਾ। ਹਾਲੇਲੂਯਾ। ਤੇਰਾ ਵਚਨ ਮੇਰੇ ਉਂਗਲੀ ਦੇ ਲਈ ਅੰਗੂਠੀ ਹੈ, ਤੇਰਾ ਵਚਨ ਮੇਰੇ ਸਿਰ ਦੇ ਲਈ ਸਿਹਰਾ ਵਾ। ਕਿਉਂਕਿ ਲਾੜੇ ਨੇ ਸਭ ਕੁਛ ਹੀ ਦੇ ਦਿੱਤਾ। ਕਹਿੰਦਾ ਆ ਲੈ ਡਿੱਬਾ, ਹੁਣ ਤੂੰ ਤਿਆਰੀ ਕਰ, ਮੈਂ ਆਉਣ ਵਾਲਾ ਵਾ। ਹਾਲੇਲੂਯਾ। ਬਸ ਜੇ ਗੀਤ ਗਾ ਰਹੇ ਸੀ ਭਾਵੇਂ ਅਸੀਂ ਰਮਲੇ ਕਮਲੇ, ਭਾਵੇਂ ਹਾਂ ਅਸੀਂ ਸਦਾਈ। ਹਾਲੇਲੂਯਾ। ਕੋਈ ਸਾਨੂੰ ਪਾਸਟਰ ਭਾਵੇਂ ਮੰਨੇ ਜਾਂ ਨਾ ਮੰਨੇ, ਪਰ ਹੈ ਤਾਂ ਯਿਸੂ ਦੀ ਲਾੜੀ। ਹਾਲੇਲੂਯਾ। ਬੈਠਣਾ ਤੇ ਅਸੀਂ ਤਖਤ ਤੇ ਆ ਕਿਉਂਕਿ ਅਸੀਂ ਵਚਨ ਨੂੰ ਜਾਣ ਲਿਆ ਵਾ, ਔਰ ਯਿਸੂ ਨੇ ਸਾਡੀ ਅੱਖਾਂ ਖੋਲ ਦਿੱਤੀਆਂ ਵਾ। ਹਾਲੇਲੂਯਾ। ਇਹੀ ਗੱਲ ਰੋਟੀ ਤੋੜਨ ਵਾਲੀ ਮਾਫੀ ਵਾਲੀ ਕਦੋਂ ਹੋਈ? ਪੜ੍ਹੀਏ ਲੂਕਾ ਦੀ ਕਿਤਾਬ ਉੱਨੀ ਪਾਠ ਉਹਦੀ ਇੱਕ ਹੈ ਤੋਂ ਪੜ੍ਹੀਏ। ਉਹ ਜਰੀਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ। ਇੱਕ ਮਿੰਟ ਹੋਰ ਨਹੀਂ ਪੜ੍ਹੀ। ਜਰੀਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ। ਔਰ ਵੇਖੋ ਜੱਕੀ ਨਾਂ ਦਾ ਇੱਕ ਪੁਰਖ ਸੀ, ਉੱਥੇ ਇੱਕ ਪੁਰਖ ਸੀ ਜਿਹੜਾ ਮਸੂਲੀਆਂ ਦਾ ਸਰਦਾਰ ਅਤੇ ਧੰਨਵਾਨ ਸੀ, ਅਤੇ ਉਸਨੇ ਯਿਸੂ ਨੂੰ ਵੇਖਣ ਦਾ ਯਤਨ ਕੀਤਾ ਜੀ, ਭਈ ਉਹ ਕੌਣ ਹੈ, ਪਰ ਭੀੜ ਦੇ ਕਾਰਨ ਵੇਖ ਨਾ ਸਕਿਆ ਕਿਉਂ ਜੋ ਉਹ ਕਰਨ ਦਾ ਮਦਰਾ ਸੀ। ਹਾਲੇਲੂਯਾ। ਉਹ ਚੁਗਿਆ ਹੋਇਆ ਸੀ। ਆਮੇਨ। ਜੱਕੀ ਕੀ ਸੀ? ਸੁਣਿਆ ਹੋਇਆ ਸੀ। ਜੱਕੀ ਯਿਸੂ ਦੀ ਲਾੜੀ ਸੀ, ਪਰ ਉਹ ਫਸੀ ਹੋਈ ਸੀ, ਡਿਨੋਮੀਨੇਸ਼ਨ ਦੇ ਵਿੱਚ ਫਸੀ ਹੋਈ ਸੀ, ਉਹ ਮਿਸ਼ਨ ਦੇ ਅੰਦਰ ਫਸੀ ਹੋਈ ਸੀ। ਅੱਗੇ ਸੋ ਅੱਗੇ ਦੌੜ ਕੇ ਇੱਕ ਬੁੱਲਰ ਦੇ ਬਿਰਛ ਉੱਤੇ ਚੜ ਗਿਆ। ਉਹਨੂੰ ਪਤਾ ਲੱਗਾ ਯਿਸੂ ਮੇਰਾ ਕੀ ਹੈ, ਦੌੜ ਕੇ ਕਿੱਥੇ ਚੜ ਗਿਆ? ਰੁੱਖ ਉੱਤੇ ਚੜ ਗਿਆ। ਕਿਹਨੂੰ ਵੇਖਣ ਦੇ ਲਈ? ਆਪਣੇ ਲਾੜੇ ਨੂੰ। ਉਹਨੂੰ ਪਤਾ ਸੀ ਕਿ ਮੈਂ ਫਸ ਚੁੱਕੀ ਆ ਕਿਹਦੇ ਅੰਦਰ? ਮਿਸ਼ਰਾ ਦੇ ਅੰਦਰ। ਪਰ ਹੁਣ ਮੇਰਾ ਲਾੜਾ ਹੀ ਮੈਨੂੰ ਛੁਡਾ ਸਕਦਾ ਵਾ। ਅੱਗੇ
ਉੱਥੇ ਚੜ ਗਿਆ ਭਾਈ ਉਸਨੂੰ ਦੇਖੇ ਕਿਉਂ ਜੋ ਉਸਨੇ ਉਸੇ ਰਸਤੇ ਲੰਘਣਾ ਸੀ ਪਰ ਯੇਸ਼ੂ ਜਾਂ ਉਸ ਥਾਂ ਆਇਆ ਤਾਂ ਉਹ ਤਾਂ ਨਜ਼ਰ ਮਾਰ ਕੇ ਉਹਨੂੰ ਆਖਿਆ ਇਹ ਜੱਗੀ ਛੇਤੀ ਨਾਲ ਉਤਰਿਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਜੱਗੀ ਥੱਲੇ ਆ ਜਾ ਅੱਜ ਮੈਂ ਤੇਰੇ ਘਰ ਰਹਿਣਾ ਕਿਉਂ ਰਹਿਣਾ ਕਿਉਂਕਿ ਖੁਦਾ ਵੀ ਜਾਣਦਾ ਸੀ ਇਹ ਮੇਰੀ ਲਾੜੀ ਤੇ ਲਾੜੀ ਵੀ ਜਾਣਦੀ ਸੀ ਕਿ ਇਹ ਮੇਰਾ ਲਾੜਾ ਵਾ ਥੋੜੀ ਥੋੜੀ ਸਮਝ ਆਉਣ ਲੱਗ ਗਈ ਪਰ ਅਜੇ ਘਰ ਤਾਂ ਉਹ ਥੱਲੇ ਆ ਗਿਆ ਯੇਸੂ ਦੇ ਉਹਨੂੰ ਘਰ ਵੀ ਲੈ ਗਿਆ ਯੇਸੂ ਨੂੰ ਪਰ ਅਜੇ ਨੇ ਆਪਣਾ ਪਾਪ ਨਹੀਂ ਛੱਡਿਆ ਅਜੇ ਆਪਣੀ ਉਹਨੇ ਸੰਸਥਾ ਨਹੀਂ ਛੱਡੀ ਅਜੇ ਆਪਣੀ ਉਹਨੇ ਮਿਸ਼ਨ ਨਹੀਂ ਛੱਡੀ ਖੁਸ਼ੀ ਦੇ ਮਾਰੇ ਉਹਦਾ ਆਦਰ ਭਾਉ ਕੀਤਾ ਸਭ ਵੇਖ ਕੇ ਕੁੜਨ ਲੱਗੇ ਅਤੇ ਬੋਲੇ ਕਿ ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉਤਰਿਆ ਹੈ ਸਾਰੇ ਵੇਖ ਕੇ ਕੀ ਕਹਿਣ ਲੱਗੇ ਇਹਨੂੰ ਤੇ ਕੁੱਖ ਪਤਾ ਨਹੀਂ ਸੀ ਇਹ ਤਾਂ ਪਾਪੀ ਆ ਮੈਂ 40 ਸਾਲ ਤੋਂ ਵਿਸ਼ਵਾਸੀ ਆ ਯੇਸੂ ਮੇਰਾ ਨਹੀਂ ਸੀ ਗੱਲ ਕਰ ਸਕਦਾ ਮੈਂ 35 ਸਾਲ ਤੋਂ ਵਿਸ਼ਵਾਸੀ ਆ ਯੇਸੂ ਮੇਰੇ ਨਾਲ ਨਹੀਂ ਸੀ ਗੱਲ ਕਰ ਸਕਦਾ ਪਰ ਉਹ ਗੱਲ ਉਹਦੇ ਨਾਲ ਹੀ ਕਰ ਸਕਦਾ ਸੀ ਜਿਹੜੀ ਉਹਦੀ ਪਸਲੀ ਜਿਹੜੀ ਉਹਦੀ ਲਾੜੀ ਆ ਕਿਉਂਕਿ ਉਹਨੇ ਤਾਂ ਆਪਣੀ ਲਾੜੀ ਨੂੰ ਹੀ ਬਾਹਰ ਕੱਢਣਾ ਬਗਿਆੜਾ ਨੂੰ ਨਹੀਂ ਅੱਗੇ ਪਰ ਜੱਗੀ ਨੇ ਖਲੋ ਕੇ ਪ੍ਰਭੂ ਨੂੰ ਕਿਹਾ ਪ੍ਰਭੂ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ ਖਲੋ ਗਿਆ ਉਹਦਾ ਹਿਰਦਾ ਛਿੱਟ ਗਿਆ ਜਦੋਂ ਯੇਸੂ ਨੂੰ ਵੇਖ ਲਿਆ ਉਹਦਾ ਹਿਰਦਾ ਛਿੱਟ ਗਿਆ ਤੇ ਕਹਿੰਦਾ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦੇ ਦਿੰਦਾ ਔਰ ਜੇ ਮੈਂ ਕਿਸੇ ਉੱਤੇ ਉਜਲਾ ਕੇ ਕੁਝ ਲੈ ਲਿਆ ਹੈ ਤਾਂ 4 ਗੁਣਾ ਮੋੜ ਦਿੰਦਾ ਹਾਂ ਜੀ ਯੇਸ਼ੂ ਨੇ ਉਹਨੂੰ ਆਖਿਆ ਅੱਜ ਇਸ ਘਰ ਵਿੱਚ ਮੁਕਤੀ ਆਈ ਅੱਜ ਇਸ ਘਰ ਵਿੱਚ ਕੀ ਆ ਗਿਆ ਨਜਾਤ ਆ ਗਈ ਹੈ ਹਾਲੇਲੂਯਾ ਜਦੋਂ ਯੇਸ਼ੂ ਸਾਨੂੰ ਹਰੀ ਝੰਡੀ ਦੇ ਦੇ ਕਿ ਅੱਜ ਇਸ ਘਰ ਵਿੱਚ ਕੀ ਆ ਗਿਆ ਮੁਕਤੀ ਆ ਗਈ ਆ ਤੇ ਮੁਕਤੀ ਕੇਵਲ ਯੇਸੂ ਕੋਲ ਹੀ ਮਿਲ ਸਕਦੀ ਆ ਔਰ ਯੇਸੂ ਜਿਹੜਾ ਚੋਣਾ ਥਾਨ ਸੀ ਹਾਲੇਲੂਯਾ ਅਗੇ ਇਸ ਲਈ ਜੋ ਇਹ ਵੀ ਅਬਰਾਹਮ ਦਾ ਪੁੱਤਰ ਹੈ ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ ਹਾਲੇਲੂਯਾ ਆ ਗਿਆ 1963 ਚ ਬਚਾਉਣ ਦੇ ਲਈ ਤਾਂ ਬਚ ਗਈ ਦੁਲਹਨ ਹਾਲੇਲੂਯਾ ਅਜੇ ਵੀ ਕਈ ਜਗ੍ਹਾ ਤੇ ਦੁਲਹਨ ਜਿਹੜੀ ਫਸੀ ਪਈ ਆ ਤਾਂ ਯੇਸੂ ਨੂੰ ਕੱਢ ਲਿਆ ਰਿਹਾ ਕੱਢ ਕੇ ਬਾਹਰ ਲਿਆਉਂਦਾ ਵਾ ਕਹਿੰਦਾ ਆ ਜਾ ਇੱਥੇ ਤੇਰੀ ਜਗ੍ਹਾ ਨਹੀਂ ਆ ਤੇਰੀ ਜਗ੍ਹਾ ਹੋਰ ਕਿੱਥੇ ਆ ਹਾਲੇਲੂਯਾ ਇਹ ਵੀ ਅਬਰਾਹਮ ਦਾ ਪੁੱਤਰ ਆ ਹਾਲੇਲੂਯਾ ਤੇ ਖੁਦਾ ਦੇ ਪਿਆਰੇ ਜੀਸੋ ਅੱਜ ਸਾਨੂੰ ਲੋੜ ਆ ਕਿ ਅਸੀਂ ਇਸ ਟਿੱਪੇ ਨੂੰ ਲੈ ਤਾਂ ਲਿਆ ਏ ਆਪਣੀ ਤਿਆਰੀ ਵਿੱਚ ਲੱਗੇ ਨੇ ਔਰ ਤਿਆਰੀ ਕਰਾਉਣ ਵਾਸਤੇ ਇੱਕ ਇਨਸਾਨ ਦੀ ਲੋੜ ਹੁੰਦੀ ਹੈ ਅਮੇਨ ਔਰ ਉਹ ਇਨਸਾਨ ਤੁਹਾਡੇ ਕੋਲ ਆ ਪਾਸਟਰ ਬਾਕੀ ਨਾਰਾਜ਼ ਬਾਕੀ ਕੋਈ ਭਾਈ ਬੋਲ ਧੰਨਵਾਦ ਕਰਨਾ ਚਾਹੀਦਾ ਵਾ ਜੇ ਤੁਸੀਂ ਰਾਜ ਅੰਦਰ ਦਾਖਿਲ ਹੋਣਾ ਵਾ ਹਰ ਰੋਜ਼ ਹਰ ਐਤਵਾਰ ਜਦੋਂ ਵੀ ਸਮਾਂ ਮਿਲਦਾ ਤੁਹਾਨੂੰ ਤਿਆਰੀ ਕਰਾਉਂਦੇ ਰਹਿੰਦੇ ਹਾਲੇਲੂਯਾ ਕਿਉਂਕਿ ਤਿਆਰੀ ਵਾਸਤੇ ਖੁਦਾ ਨੇ ਸੇਵਕ ਭੇਜੇ
ਤਾਂ ਕਹਿੰਦਾ ਜਿਹੜਾ ਮੇਰੇ ਭੇਜਣ ਵਾਲੇ ਨੂੰ ਕਬੂਲ ਕਰੇਗਾ ਉਹ ਮੈਨੂੰ ਕਬੂਲ ਕਰੇਗਾ, ਤੇ ਜਿਹੜਾ ਯਿਸੂ ਨੂੰ ਮਿਲਣਾ ਚਾਹੁੰਦਾ ਵਾ ਉਹ ਸੇਵਕ ਨੂੰ ਮਿਲੇਗਾ, ਯਿਸੂ ਨੂੰ ਮਿਲੇਗਾ। ਹਾਲੇਲੂਯਾ। ਉਹ ਲਾੜੀ ਖੁਸ਼ ਹੋਵੇਗੀ, ਯਿਸੂ ਮੇਰੇ ਕੋਲ ਆ, ਉਹ ਲਾਲਾ ਮੇਰੇ ਕੋਲ ਆ, ਮੈਨੂੰ ਹੋਰ ਜਿਹੜੀ ਜਾਣ ਦੀ ਲੋੜ ਨਹੀਂ ਆ। ਮੈਂ ਅੱਜ ਬਹੁਤ ਸਾਰੇ ਲੋਕ ਲਾੜੇ ਨੂੰ ਮਿਲਣ ਵਾਸਤੇ ਕਦੀ ਇੱਧਰ ਭੱਜਦੇ ਕਦੀ ਉੱਧਰ ਭੱਜਦੇ, ਲੇਕਿਨ ਲਾੜਾ ਸਾਡੇ ਕੋਲ ਆ ਪਰ ਅਸੀਂ ਦੀ ਪਛਾਣ ਨਹੀਂ ਕਰਦੇ, ਕਿਉਂਕਿ ਉਹੀ ਤਾਂ ਤਿਆਰੀ ਕਰਾ ਰਹੀ ਹੈ, ਉਹਦੇ ਵਿੱਚ ਨਾ ਹੋਏ, ਕਿਉਂਕਿ ਉਹ ਬੋਲ ਕੇ ਵਚਨ ਟਸ ਤੋਂ ਬਸ ਨਹੀਂ ਹੁੰਦਾ। ਆਕਾਸ਼ ਅਤੇ ਧਰਤੀ ਟਲ ਜਾਣਗੇ ਲੇਕਿਨ ਖੁਦਾ ਦੇ ਸ਼ਬਦ ਕਦੀ ਵੀ ਟਲ ਨਹੀਂ ਸਕਦੇ। ਉਹਨੇ ਕਿਹਾ ਕਿ ਜਿਹੜਾ ਮੇਰੇ ਭੇਜਣ ਉਹ ਨਾਦਰ ਕਰੇਗਾ, ਮੇਰਾ ਹੱਥ ਕਰੇਗਾ, ਇਹਦਾ ਮਤਲਬ ਹੈ ਜੋਨਾਥਨ ਇੱਥੇ ਆ। ਹਾਲੇਲੂਯਾ। ਜੋਨਾਥਨ ਬਾਹਰ ਨਹੀਂ ਹੈ, ਆਓ ਅਸੀਂ ਅੱਜ ਜੋਨਾਥਨ ਨੂੰ ਵੇਖੀ ਔਰ ਜੋਨਾਥਨ ਦੇ ਨਾਲ ਆਪਣੇ ਰਿਸ਼ਤੇ ਨੂੰ ਸਿੱਧਾ ਕਰੀਏ ਔਰ ਤਿਆਰੀ ਦੇ ਵਿੱਚ ਲੱਗੇ ਰਹੀਏ। ਖੁਦਾ ਤੁਹਾਨੂੰ ਬਹੁਤ ਬਰਕਤ ਦੇ। ਬਾਕੀ ਦਾ ਜਵਾਬ ਪਾਸਟਰ ਸਿੰਘ ਜੀ ਦਾ। ਹਾਲੇਲੂਯਾ ਮੈਂ।